ਹੈ ਕਿੱਧਰ ਮੂੰਹ ਚੁੱਕਿਆ ਦੱਸੀ ਮੈਨੂੰ ਆ ਕਿੱਧਰ ਪਹੁੰਚ ਜਾਨੀ ਹੈ ਤੂੰ ਰੋਟੀ ਨਾ ਰਿਹਾ ਵੇ ਜਿਹੇ ਜੀ ਆਪ ਆ ਕਲੈਣੀ ਹੈ ਉਹ ਜੇ ਸਾਡੇ ਪਸ਼ੂਆਂ ਨੂੰ ਕਰਦੇਗੀ ਹੈ ਜਿਹੜੀ ਮੇਰੇ ਘਰ ਵਿੱਚ ਰੋਟੀ ਵੀ ਨਹੀਂ ਹੈਗੀ ਮਾਮਾ ਜੀ ਤੁਸੀਂ ਰੋਵੋ ਨਾ ਲੈ ਨਹੀਂ ਬੈਤਲੇ ਤੈਨੂੰ ਤਾਂ ਚਾੜਾਂ ਗੱਡੀ ਬਹੁਤ ਤੰਗ ਪਰੇਸ਼ਾਨ ਕਰ ਰੱਖਿਆ ਮੈਨੂੰ ਅੱਜ ਤੈਨੂੰ ਸਦਾ ਦੀ ਨੀਂਦ ਸਵਾ ਦੂੰ ਤੇ ਮੈਨੂੰ ਮੇਰੇ ਦਿਲ ਨੂੰ ਤਾਂ ਅੱਜ ਸਕੂਨ ਮਿਲੂ ਨਾਲੇ ਜਿਹੜੀ ਮੇਰੀ ਕੁੜੀ ਬਾਹਰ ਬੈਠੀ ਆ ਇੱਕ ਤੇਰੇ ਕਰਕੇ ਉਹ ਵੀ ਵਿਚਾਰੀ ਘਰੇ ਆ ਜਾਊ ਘਰੇ ਦਾਲ ਪਾਣੀ ਪੁੱਛਣਾ ਸੀਗਾ ਯਾਰ ਸਬਜ਼ੀ ਸੁਬਜ਼ੀ ਲੈ ਕੇ ਆਉਣੀ ਸੀ ਉਹ ਬਖਤਾਵਰ ਸਿਆ ਤੂੰ ਕਿਉਂ ਮੇਰੇ ਹੁੰਦੇ ਪੂਰੇ ਹੁੰਦੇ ਸੋਚ ਕੇ ਰਿਹਾ ਕਰਦਾ ਉਹ ਮੇਰੇ ਸਾਲਕਣੇ ਦਾ ਨਾ ਸਾਡੇ ਟੋਕਰੇ ਐਡਾ ਪੇਠਾ ਪਿਆ ਹੈ ਜਾਂਦਾ ਜਾਂਦਾ ਉਹ ਲਈ ਚੱਕ ਕੇ ਉਹਦੀ ਬਣਾ ਲਈ ਭਈ ਹੋਰ ਕੀ ਆ ਉਹ ਪੂਰਿਆ ਗਾਲਾਂ ਤਾਂ ਮੈਨੂੰ ਪੈਣਗੀਆਂ ਨਾ ਉਹ ਘਰ ਵਾਲੀ ਤਾਂ ਚਾਰੇ ਜਾ ਕੇ ਬਹਿ ਜਾਊ ਵੀ ਤੂੰ ਸਬਜ਼ੀ ਵੀ ਨਹੀਂ ਲੈ ਕੇ ਆਇਆ ਤੂੰ ਵੀ ਬਖਤਾਵਰ ਨੇ ਧੱਕਾ ਕਰ ਜਾਣਾ ਭਰਜਾਈ ਦੇ ਤਾਂ ਚਾਰੇ ਪੈਰ ਹੈ ਹੀ ਨਹੀਂ ਕਹਿੰਦਾ ਚਾਰੇ ਚੱਕ ਕੇ ਬਹਿ ਜਾਊ ਦੋ ਤਾਂ ਪੈਰ ਨੇ ਤੂੰ ਪੁੱਛ ਲੈ ਪੇਠਾ ਲਈ ਜਾਂਦਾ ਹੋਰ ਕੀ ਹੁਣ ਤੂੰ ਐਂ ਕਰ ਮੈਂ ਘਰੇ ਮਾੜਾ ਜਿਹਾ ਫੋਨ ਕਰ ਲਾਂ ਹਾਂ ਪੁੱਛ ਲਾ ਭਈ ਹਾਂ ਫਿਰ ਪੇਠਾ ਲੈ ਜਾਊਗਾ ਮਾੜਾ ਜਿਹਾ ਹੌਲੀ ਚੱਲ ਤੂੰ ਤਾਂ ਡਾਕ ਟ੍ਰੇਨ ਵਾਂਗੂ ਪਤੰਦਰ ਹੈਲੋ ਹਾਂ ਭਗਵਾਨ ਨੇ ਸਬਜ਼ੀ ਸੁਬਜ਼ੀ ਲਾਉਣੀ ਹੈ ਕੋਈ ਹਾਂ ਪੂਰੂ ਨੇ ਕੱਲ੍ਹ ਸਬਜ਼ੀ ਤੋੜੀ ਸੀ ਪੇਠਾ ਪਿਆ ਕਹੇ ਕਿੱਦਾਂ ਲਿਆਉਣਾ ਹੈ ਪੁੱਛ ਲਾ ਤਾਜ਼ਾ ਪੇਠਾ ਹਾਂ ਬੇ ਸਬਜ਼ੀ ਨੂੰ ਤਾਂ ਮਾਰ ਗੋਲੀ ਪਹਿਲਾਂ ਐਂ ਦੱਸ ਜਿਹੜੇ ਕੰਮ ਗਿਆ ਸੀ ਉਹ ਬਣਿਆ ਕਿ ਨਾ ਕੰਮ ਉਹ ਕੰਮ ਹਜੇ ਬਣਿਆ ਨਹੀਂ ਗਾ ਬਣੂਗਾ ਟਾਈਮ ਲੱਗੂਗਾ ਉਹ ਸਰਪੰਚ ਨਾਲ ਸਾਰੀ ਗੱਲ ਕਰ ਲਈ ਸੀ ਪੂਰੂ ਨੇ ਉਹ ਕਹਿੰਦਾ ਵੀ ਕੁੜੀ ਨੂੰ ਤੁਸੀਂ ਇੱਥੇ ਲੈ ਕੇ ਆਇਓ ਕੁੜੀ ਦੇ ਸਾਈਨ ਹੋਣਗੇ ਠੀਕ ਹੈ ਹਜੇ ਮਤਲਬ ਕਾਰਵਾਈ ਲੰਮੀ ਜਾਊਗੀ ਕੀ ਮਾਮੀ ਜੀ ਕੀ ਹੋ ਗਿਆ ਨਹੀਂ ਪਰੇ ਮਰ ਕੁਛ ਹੋਇਆ ਨਹੀਂ ਪਰ ਕੰਜਰੀਏ ਤੂੰ ਕਰਾ ਕੇ ਹਟੇਂਗੀ ਜੇ ਤੂੰ ਇੱਥੇ ਨਾ ਆਉਂਦੀ ਨਾ ਇੱਥੇ ਆ ਕੁਛ ਹੁੰਦਾ ਬੰਝ ਖੜਾ ਸਾਰਾ ਕੁਛ ਤੇਰੇ ਕਰਕੇ ਹੋਇਆ ਤੇਰੇ ਕਰਕੇ ਹੋਇਆ ਕਲੈਣ ਮੈਂ ਤੈਨੂੰ ਮਾਰ ਦੂੰ ਮੈਂ ਗਲ ਗੁੱਠਾ ਦੇ ਕੇ ਹਾਏ ਰੱਬਾ ਹੁਣ ਕੀ ਬਣੂਗਾ ਮੇਰੇ ਤਾਂ ਸਾਰੀ ਸਕੀਮ 'ਤੇ ਪਾਣੀ ਫਿਰ ਗਿਆ ਨੀ ਕੰਜਰੀਏ ਪਹਿਲਾਂ ਤਾਂ ਆਪਦਾ ਮਾਂ ਪਿਓ ਖਾ ਗਈ ਹੁਣ ਸਾਡਾ ਘਰ ਖੁੰਝੇ ਲਾਏਗੀ ਤੂੰ ਸਾਡਾ ਘਰ ਖੁੰਝੇ ਲਾਏਗੀ ਮਾਮੀ ਮੈਂ ਕੀਤਾ ਕੀ ਹੈ ਨਹੀਂ ਤੂੰ ਤਾਂ ਬਹੁਤ ਕੁਛ ਕਰਤਾ ਬਹੁਤ ਕੁਛ ਹੁਣ ਤਾਂ ਇਹ ਨਹੀਂ ਪਤਾ ਵੀ ਅੱਗੇ ਅੱਗੇ ਕੀ ਹੋਣ ਵਾਲਾ ਤੈਨੂੰ ਮੈਂ ਮਾਰ ਦੂੰ ਜਾਨੋ ਤੈਨੂੰ ਮਾਰ ਦੂੰ ਮੈਥੋਂ ਨਹੀਂ ਤੈਥੋਂ ਰੋਟੀ ਪਾ ਕੇ ਜਹਾਰ ਦੀ ਆਪੇ ਖਾ ਲਾ ਪਾ ਦੇ ਇਹਨੂੰ ਨਾਨ ਦਫਾ ਹੋਣੀ ਨਾ ਹੋਵੇ ਤਾਂ ਨਾਲੇ ਚੱਕ ਦੇ ਸਾਰੇ ਭਾਂਡੇ ਡੰਗਰਾਂ ਕਨੀ ਲਿਜਾਈ ਜਾਂਦੇ ਰੋਟੀ ਇਥੋਂ ਪਹਿਲਾਂ ਕਿ ਡੰਗਰਾਂ ਨੂੰ ਚਾਰ ਦੇ ਮੈਨੂੰ ਰੋਕਣਾ ਪਊ ਖੜ ਜਾ ਨਾ ਕਿੱਧਰ ਮੂੰਹ ਚੱਕਿਆ ਹੈ ਕਿੱਧਰ ਮੂੰਹ ਚੱਕਿਆ ਦੱਸੀ ਮੈਨੂੰ ਆ ਕਿੱਧਰ ਪਹੁੰਚ ਜਾਨੀ ਹੈ ਤੂੰ ਰੋਟੀ ਨਾ ਰਿਹਾ ਵੇ ਜਿਹੇ ਜੀ ਆਪ ਆ ਕਲੈਣੀ ਹੈ ਉਹ ਜੇ ਸਾਡੇ ਪਸ਼ੂਆਂ ਨੂੰ ਕਰ ਦੇਗੀ ਹੈ ਮਾਮੀ ਕੱਟੀ ਨੂੰ ਪਾਉਂਦੀ ਸੀ ਨਾ ਕੋਈ ਨਹੀਂ ਪਾਉਣੀ ਡੰਗਰਾਂ ਨੂੰ ਰੋਟੀ ਜੇ ਬਾਹਰ ਚਾਰ ਕੇ ਆ ਬਾਹਰ ਰੱਖਿਆ ਉੱਥੇ ਨੀ ਤੁਰ ਜਾ ਕਾਲੇ ਮੂੰਹ ਵਾਲ ਕੇ ਤੁਰ ਜਾ ਕਲੈਣੀ ਨੇ ਜਾਨ ਲੈਣੀ ਕਰ ਛੱਡੀ ਆ ਲਿਆ ਕੇ ਘਰੇ ਬਾੜ ਲਈ ਇਹਨੇ ਵੀ ਨੀ ਕੁਛ ਸੋਚਿਆ ਮਰ ਗਏ ਸੀ ਮਾਂ ਪਿਓ ਮਰ ਜਾਂਦੇ ਭੂਆ ਤਾਂ ਹੈਗੀ ਸੀ ਉਹ ਰੱਖ ਲੈਂਦੀ ਕਿ ਆਪਾਂ ਨੂੰ ਸੁੱਕ ਕੇ ਦਿੱਤਾ ਸੀ ਆ ਮਾਰਤੇ ਸੀ ਡੰਗਰ ਜੇ ਅੱਜ ਮੈਂ ਨਾ ਹੁੰਦੀ ਨਾ ਦੇਖਦੀ ਹੋ ਗਿਆ ਸੀ ਘੋਗਾ ਚਿੱਤ ਡੰਗਰਾਂ ਦਾ ਤਾਂ ਚੱਲ ਸ਼ੁਕਰ ਹੈ ਹਜੇ ਵੀ ਬੱਚਤ ਰਹਿ ਗਈ ਹਾਏ ਰੱਬਾ ਮੈਂ ਤੇਰਾ ਕੀ ਮਾੜਾ ਕੀਤਾ ਜਿਹੜੀ ਮੇਰੇ ਘਰ ਵਿੱਚ ਰੋਟੀ ਵੀ ਨਹੀਂ ਹੈਗੀ ਮੈਨੂੰ ਲੱਗਦਾ
कोई दुश्मन नाल भी इन्नी माड़ी नहीं करता जिन्नी मामी मेरे नाल करती है। मैं की माड़ा कीता मामी दा पता नहीं, शायद मेरी किस्मत च आ कुछ है, ताई तो मेरे मापे नहीं है गे मेरे सिर ते। आ गई मामी। बगतावर सिंह वो तेरे नाल तां लोटिया पतंदरा, तू देख ला किवें जाप वाली जनानी वांगू गोल मटोल जी होई जन्ना। ओ मेरा तां सर जूगा, मैं तां ब्याह करा लिया, दो जवाक हो गए। ओए तू हजे ब्याह कराउणा है, तैनूं किसे ने सगी नहीं देनी। ओ जुपी तां होणी पूपिंगी टिटी जी फड़के इथों। ओहो ओ ब्याह की बगतावर सिंह, हुण कट्टे नाल करा लईए। ਮੇਰੀ ਗੱਲ ਇੱਕ ਹੋਰ ਸੁਣ ਲਾ, ਜੇ ਅਸੀਂ ਖਾਣ ਤੇ ਰਿਹਾ, ਅਸੀਂ ਡੱਫਣ ਤੇ ਰਿਹਾ, ਉਹ ਤੈਨੂੰ ਕਿਸੇ ਨੇ ਕੱਟਾ ਵੀ ਨਹੀਂ ਦੇਣਾ। ਉਹ ਚੱਲ ਭੈਣ ਮੇਰਾ ਵੇ ਕੱਟਾ, ਯੂਪੀ ਤੋਂ ਲਿਆਵਾਂਗੇ 30-35 ਹਜ਼ਾਰ ਦੀ ਵਧੀਆ ਚੱਲਦੀ ਮਿਲ ਜੂਗੀ। ਕੀ ਹੋ ਗਿਆ, ਕਰੰਟ ਜਿਹਾ ਲੱਗਿਆ ਤੈਨੂੰ? ਉਹ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ, ਇਹਦਾ ਫੋਨ ਆ ਗਿਆ ਮੇਰਾ, ਵਾਈਬ੍ਰੇਸ਼ਨ 'ਤੇ ਲੱਗੇ ਹੋਏ ਸੀ। ਕੱਲੀ ਕਹਿਰੀ ਜਾਣ ਹੈ, 100 ਸਿਆਪੇ ਕਰਨੇ ਪੈਂਦੇ ਨੇ। ਹੈਲੋ, ਕਿਉਂ ਕਰਾਉਂਦੇ ਨਹੀਂ ਮੇਰੇ ਸਾਲਿਆਂ ਦੇ ਕੰਮ? ਉਹ ਮੈਂ ਤੁਹਾਨੂੰ ਕਿਹਾ ਸੀ ਓਏ, ਮੇਰੇ ਬਿਨਾ ਚਿੜੀ ਚੂ ਨਹੀਂ ਕਰ ਸਕਦੀ ਹੈ, ਹੁਣ MLA ਸਾਹਿਬ ਤਾਂ ਕਰਾ ਲਓ ਕੰਮ। ਚੱਲ ਕੋਈ ਨਾ, ਉਰੇ ਆਹ ਕਹਿੰਦੇ ਸਾਡੇ ਇੱਕ ਵਾਲੀ ਬੱਸ ਆਊਗੀ, ਸਾਡੇ ਦੋ ਵਾਲੇ ਸਾਡੇ ਹਾਂ ਸਵਾ ਦੋ ਹੋਏ, ਹਾਂ ਉਦੋਂ ਤੁਸੀਂ ਮੈਨੂੰ ਉੱਤੋਂ ਗੱਡੀ 'ਚ ਚੱਕ ਲਿਓ, ਮੈਂ ਮੂਹਰੇ ਖੜਿਆ ਮਿਲੂੰ। ਹਾਂ ਬਗਤਾਵਰ ਸਿੰਘ ਦਾ ਕੰਮ ਆਈ ਥੋੜ੍ਹਾ ਜਿਹਾ, ਤੈਨੂੰ ਪਤਾ ਮੇਰੀ ਕਿੰਨੀ ਜਲਦੀ ਹੈ। ਹਾਂ ਬਸ ਆਈ ਆ। ਚੱਲ ਕੋਈ ਨਾ, ਚੰਗਾ ਆ ਦੇਖ ਲਾ, ਮੇਰੇ ਤੋਂ ਬਿਨਾਂ ਕਿਤੇ ਤਾਂ ਨਹੀਂ ਲੋਟ ਆਉਂਦੀ ਹੈ। ਭਰਜਾਈ, ਤੂੰ ਕਿਵੇਂ ਬੈਂਗਣੀ ਜੀ ਬਣੀ ਫਿਰਦੀ ਆ? ਮੇਰੀ ਗੱਲ ਸੁਣ ਲਾ ਭਾਈ, ਮੈਨੂੰ ਮਸ਼ਕਰੀ ਜੀ ਨਾ ਕਰ, ਮੇਰਾ ਮੂਡ ਨਹੀਂ ਹੈਗਾ। ਓਹੋ ਨਹੀਂ ਕੁੜੀਏ, ਆ ਚਾਹ ਤਾਂ ਮੈਂ ਬਣਾਉਣੀ ਹੈ, ਤੂੰ ਉਹ ਪਾਥੀਆਂ ਲਿਆ ਵਾੜਿਓ, ਫਿਰ ਕਵੇਲਾ ਹੋ ਜਾਂਦਾ। ਜੇ ਵਗ ਜਾ। ਬਗਤਾਵਰ ਸਿਆਂ, ਭਰਜਾਈ ਤਾਂ ਬਾਹਲੀ ਲੋਖੀ ਲਾਖੀ ਜੀ ਹੋਈ ਫਿਰਦੀ ਆ, ਉਹ ਉਹਦਾ ਕਹਿਣਾ ਲੋਹੀ ਲਾਖੀ ਜੀ ਹੋਈ ਫਿਰਦੀ ਆ, ਹੈ ਲੈ ਚਾਹ ਨਾ ਪਾਣੀ ਆਉਂਦੀ ਕੁੱਤੇ ਖਾਣੀ। ਆ ਫੜ ਪਈ ਆਪਦਾ ਡੱਬਾ, ਭੈਣ ਮਰਾਵੇ ਸੂਡਾ ਸਿਆਪਾ ਖੜਾ ਹੋਵੇ। ਹਾਂ ਉਹ ਚੰਗਾ ਭਾਈ ਬਗਤਾਵਰ ਸਿਆਂ, ਤੈਂ ਤਾਂ ਪਿਆ ਤਾਂ ਮੈਨੂੰ ਨੇਕੜੂ ਹੈ, ਕਰਤੀ ਕੁੱਤੇ ਖਾਣੀ, ਮੈਂ ਤਾਂ ਆਪਦੇ ਘਰੇ ਜਾ ਕੇ ਪੀ ਲੂ ਆ। ਚੰਗਾ ਮੈਂ ਚੱਲਦਾ ਫਿਰ। ਹੋਰ ਕਸਰੇ ਰਹਿੰਦੀ ਹੈ ਕੰਮ ਦੀ, ਸਾਲਾ ਜੂਤ ਪਤੈਣ ਤਾਂ ਕਰਤੇ ਨਾ। ਉਦੋਂ ਤਾਂ ਤੂੰ ਵੀ ਬੜਾ ਕਹਿੰਦਾ ਸੀ ਹੈ ਵੀ ਪੂਰਾ ਬਹੁਤ ਸਮਝਦਾਰ ਹੈ, ਵਕੀਲੇ ਦੀ ਸੁਣਦੇ ਨੇ। ਆ ਹੋ ਗਿਆ ਕੰਮ, ਹੋ ਗਿਆ ਕੰਮ ਨਾ, ਤੇਰਾ ਹੱਕ ਨਹੀਂ ਮੰਨਦਾ ਸੀਗਾ। ਮਾਮੀ ਜੀ ਮੈਂ ਬਾੜੇ ਚੋਂ ਪਾਥੀਆਂ ਲਿਆਵਾਂ। ਜਾ ਲਿਆ ਲਿਆ ਨਾ, ਤੇਰਾ ਹੱਕ ਨਹੀਂ ਮੰਨਦਾ ਸੀਗਾ, ਅੰਦਰ ਬੈਠੀ ਸੀ ਆਰਾਮ ਨਾਲ, ਬੰਦੇ ਨੂੰ ਆ ਕੇ ਪੁੱਛਣਾ ਲਵੇ ਵੀ ਗੱਲ ਬਣੀ ਹੈ ਕਿ ਨਹੀਂ ਬਣੀ ਹੈ। ਨਾ ਇਹ ਹਜੇ ਇੱਥੇ ਬੈਠੀ ਸੀਗੀ, ਕਿਤੇ ਹੋਰ ਨਾ ਕੁਛ ਸੁਣ ਗਿਆ ਹੋਵੇ ਇਹਨੂੰ। ਨਾ ਫਿਰ ਹੁਣ ਕੀ ਬਣੂਗਾ? ਭਗਵਾਨ ਨੇ ਸਾਰੀ ਗੱਲ ਸਰਪੰਚ ਤੇ ਛੱਡੀ ਹੋਈ। ਸਰਪੰਚ ਕੋਲੇ ਗਏ ਸੀ, ਸਰਪੰਚ ਕਹਿੰਦਾ ਕੁੜੀ ਨੂੰ ਮੇਰੇ ਘਰੇ ਲਿਆਓ, ਜੇ ਕੁੜੀ ਮੇਰੇ ਸਾਹਮਣੇ ਸਹਿਣ ਕਰਦੀ ਹੈ ਤਾਂ ਕਹਿੰਦਾ ਗਵਾਹੀ ਮੈਂ ਦੇਊਂਗਾ। ਹੁਣ ਜੇ ਕੁੜੀ ਨੂੰ ਸਰਪੰਚ ਦੇ ਘਰੇ ਲੈ ਕੇ ਜਾਂਦੇ ਹਾਂ ਤਾਂ ਸੱਚ ਸਾਹਮਣੇ ਆ ਜਾਊ, ਆਪਣੇ ਤਾਂ ਪਿੰਡ ਨੇ ਪੂਰਾ ਥੂ ਥੂ ਕਰਨਾ ਆਪਣੇ ਤੇ। ਇਹ ਤਾਂ ਬਾਹਲੀ ਗੱਲ ਭੰਬਲ ਭੂਸੇ 'ਚ ਪੈ ਗਈ, ਹੁਣ ਕੀ ਕੀਤਾ ਜਾਵੇ? ਆ ਰਹਿੰਦਾ ਖੁੰਦਾ ਤੁਸੀਂ ਆ ਭੂਰੇ ਜੇ ਨੂੰ ਲੈ ਗਏ ਹੈ, ਇਹਦੇ ਤਾਂ ਉਈ ਨਹੀਂ ਕੋਈ ਗੱਲ ਪਚਦੀ। ਆ ਦੇਖ ਲੈ, ਭਾਸੜ ਭਾਂਡਾ ਸਾਰੇ ਪਿੰਡ 'ਚ ਗੱਲ ਡਾ ਦੂਗਾ। ਓਏ ਹੁਣ ਮੈਂ ਕੀ ਕਰਾਂ, ਕਹਿੰਦੇ ਨਾ ਡੁੱਬਦੇ ਨੂੰ ਤਣਕੇ ਦਾ ਸਰ, ਉਹ ਮੈਨੂੰ ਆਏ ਸੀ ਉਹਦੇ ਚੰਗੇ ਲਿੰਕ ਹੈ ਸਰਪੰਚ ਨਾਲ, ਵੀ ਚਲੋ ਆਪਣਾ ਕੋਈ ਹੱਲ ਹੋ ਜੂ। ਉਦੋਂ ਤਾਂ ਤੁਸੀਂ ਵੀ ਬੜੀਆਂ ਫੜਾਂ ਮਾਰਦੇ ਸੀ,
होया सोथो भी नहीं कुछ आ गल्ला मारन जोगे हो दवानी का काम नहीं करके आए ना तू भौंकी जाएगी सह भी लड़ा आहो किच किच करती रही नहीं है मैं भौंक दी फिर हुंदा भी कुछ सोडे तो मैनू पता कितना फिक्र है मेरे दिमाग की कुछ चली जाता है बस दिमाग च चलता है बाहर नहीं ना कर दे दिमाग तो तू कल्ला लड़न जान दी है लड़ा ना तो होर की करा आ मेरे जवाक तो बाहर बैठे ने है आ सारा हक मेरे जवाकों का यह खाई जाती है इतने बैठे कंजरी मुसलमान हूस किसी थां दी हाय रब्बा की करा समझ नहीं आती मैनू कदे तो मामी इन्ना प्यार जताती है भी बंदे नू आए लगता भी सुपना देखता कोई ते कदे मामी यह जे शब्द बोलती है जेड़े कि कन्ना नू भी सुनने मंजूर नहीं हुंदे की कुछ बोलती है मामी मामा जी का भी नहीं पता लगता हुण तां पहला तो चंगे भले रहिंदे सी हुण तां मामा जी भी मैनू लगता प्यार करनों हट के मेरा किवें दिन कढ़ा रब्बा मामे की कुड़ी आ तां ओह नहीं आई कल्ला इक इशू भी रह जेड़ा मोह करता मेरा मेरा दुख सुख पुछ लैंदा कल्ला उहदे च मैनू आपदी अपनत्त जी महसूस हुंदी है सौ लगे मां तो बाद मैनू लगदा कल्ला ईशू भी रह गया जेड़ा मैनू प्यार करदा ते मेरे दुख नू समझदा जस गल्ला ना मार आपदे अपना छेती चल मुड़ के मामी बोलन लग गई ना दस घर च सुनदा हुंदा चल मना कला मैं हुसका नहीं जानती है उत ना की है पांच किले आंदे पांच किले झूठ ले सर वर्गे होणगे फिर मैनू की भाग आ है मैनू सुना देने कह के होर किनू सुनावा चल ठीक है फिर मैं तो मरन चले हक दे धड़के ले जी जमीन जे मैं मर गया ना तेनू किसी ने मूंह नहीं लाना ओहो मेरी गल सुनो तुस तो ही गुस्सा कर गए मैं तो ए कहती सी भी इनू लैके उत्थे जाण दा की स्यापा पै गया इनू क्यों ले जाना जरूरी है उत्थे मैं तो ए कहनी है सोनू गल तू ठंडे मतलब भी कर सकती है जदों आउना चारे जाके पै जानी है तू ना कदे आया पुछिया भी चाह पियोगे पानी पियोगे रोटी खाओगे बंदे नाल प्यार नाल भी गल हुंदी है की दसा हुण मैथों जरी नहीं जाती इस घर च हे मैं इहदी शकल देखनी पसंद नहीं करती तुसी मैनू क्यों नहीं समझदे शकल देखनी तू इहदी पसंद नहीं करती मारन तू मैनू मजबूर करता कमाल करी जानी है चंगा तुसी माड़ा जिहा ठंडे रहो मैं पानी दा गलास लेके आई हां तुसी उही ना मेरी गल दा गुस्सा करया करो पानी लिया मेरा ब्लड लेउणी है मैं पानी मैनू बखतौरा कहते खाने बखतौरा बखतौरा किवें वढ़दा है बस मैनू तेरे साथ दी लोड़ है जिवें जिवें मैं तेनू आखी जाऊं उवें उवें मैं तुझा बड़ा बड़ा पाप हो गया चलो छोड़ो कोई गल नहीं मामा जी मामा जी मामा जी पुत्ता वांगू पाया
ਮੈਂ ਤੇਰਾ ਗੁਨਾਹ ਹੈ ਨਾ ਮੈਂ ਤੇਰੇ ਤੇ ਹੱਥ ਚੱਕਿਆ ਸੀ ਮੈਨੂੰ ਮਾਫ ਕਰ ਦੇ ਮੇਰੇ ਮਾਰ ਦਿਆ ਨਹੀਂ ਮਾਮਾ ਜੀ ਨਹੀਂ ਮਾਮਾ ਜੀ ਆਏ ਨਾ ਕਰੋ ਮਾਫ ਕਰ ਦੇ ਦੀਏ ਮੈਨੂੰ ਮਾਫ ਕਰ ਦੇ ਮਾਮਾ ਜੀ ਮੈਨੂੰ ਤਾਂ ਗੱਲ ਯਾਦ ਵੀ ਨਹੀਂ ਤੁਸੀਂ ਕਦੋਂ ਮੇਰੇ ਹੱਥ ਚੱਕਿਆ ਨਾ ਮੈਨੂੰ ਆਏ ਦੱਸੋ ਮਾਮਾ ਜੀ ਜੀ ਮੈਨੂੰ ਮਾਫ ਕਰ ਦੇ ਨਹੀਂ ਮਾਮਾ ਜੀ ਮੇਰੀ ਗੱਲ ਸੁਣੋ ਮੇਰਾ ਪਿਓ ਹੁੰਦਾ ਮੇਰੀ ਮਾਂ ਹੁੰਦੀ ਤਾਂ ਉਹ ਵੀ ਮੈਨੂੰ ਝਿੜਕ ਦੇਣਾ ਜੇ ਤੁਸੀਂ ਝਿੜਕਤਾ ਫਿਰ ਕੀ ਹੋ ਗਿਆ ਮੈਨੂੰ ਮਾਫ ਕਰ ਦੇ ਬਸ ਤੁਸੀਂ ਆਪਦੇ ਆਪ ਨੂੰ ਦੁੱਖ ਨਾ ਦਿਓ ਮਾਮਾ ਜੀ ਮਾਮੀ ਤੁਸੀਂ ਕਹੋ ਨਾ ਹਾਂ ਪੁੱਤ ਕੋਈ ਨਾ ਫਿਰ ਕੀ ਹੈ ਮੈਨੂੰ ਮਾਫ ਕਰ ਦਿਓ ਮੈਂ ਆਪਦੀ ਧੀ ਦੇ ਹੱਥ ਚੱਕਿਆ ਇਹਦੀ ਸਜ਼ਾ ਤੂੰ ਮੈਨੂੰ ਜ਼ਰੂਰ ਦੇ ਜ਼ਰੂਰ ਦੇ ਚਲੋ ਛੱਡੋ ਜੀ ਮਾਮਾ ਜੀ ਤੁਸੀਂ ਰੋਵੋ ਨਾ ਕਿਉਂ ਮੈਂ ਖਾਮ ਖਾ ਦਾ ਦਿਮਾਗ ਖਰਾਬ ਕਰਿਆ ਕੋਈ ਨਾ ਜਸਪੁੱਤ ਤੂੰ ਵੀ ਨਾ ਰੋ ਜਾ ਕੰਮ ਕਰ ਲਾ ਉੱਠ ਕੇ ਮਾਮਾ ਜੀ ਤੁਸੀਂ ਰੋਣਾ ਨਹੀਂ ਬਸ ਜਾ ਤੂੰ ਨਾ ਸਬਜ਼ੀ ਬਣਾ ਲਾ ਜਾ ਕੇ ਮਾਮਾ ਜੀ ਨੂੰ ਨਹੀਂ ਨਹੀਂ ਕੋਈ ਨਾ ਮੈਂ ਹੈਗੀ ਆ ਤੇਰੇ ਮਾਮੇ ਕੋਲ ਭਗਵਾਨੇ ਉਹ ਮੈਂ ਖੇਤ ਗਿਰਾ ਮਰਿਆ ਵਾ ਉਹ ਗਾਵਾਂ ਗਾਵਾਂ ਬੋਲੇ ਆਈਆਂ ਫਿਰਦੀਆਂ ਕੀ ਕਰਦੀ ਆ ਜਸ ਮਾਮੀ ਜੀ ਕੱਪੜੇ ਤੈਅ ਮਾਰਦੀ ਸੀ ਚੱਲ ਤੂੰ ਨਾ ਐਂ ਕਰ ਕੱਪੜੇ ਤਾਂ ਫੇਰ ਤੈਅ ਕਰ ਲਈ ਤੂੰ ਨਾ ਭੂਰੇ ਕੇ ਘਰੇ ਵਗ ਜਾ ਮੈਨੂੰ ਲੱਗਦਾ ਭੈਣ ਦਾ ਚਿੱਤ ਠੀਕ ਨਹੀਂ ਹੈਗਾ ਉਹਦੇ ਨਿੱਕਾ ਨਿਆਣਾ ਹੋਣਾ ਲੈ ਤੇ ਤੂੰ ਮਾੜਾ ਮੋਟਾ ਨਾ ਕੰਮ ਧੰਦਾ ਕਰਾਇਆ ਈ ਤੇ ਤਾਲ ਨਾ ਵੱਟੀ ਉੱਥੇ ਕੰਮ ਤੋਂ ਕਿਤੇ ਘਰ ਨੂੰ ਭੱਜੇ ਸਾਰਾ ਕੰਮ ਕਰਕੇ ਆਈ ਠੀਕ ਹੈ ਜੀ ਤੂੰ ਇੱਕ ਗੱਲ ਸਮਝ ਨਹੀਂ ਆਉਂਦੀ ਉਹਦੇ ਘਰ ਵਾਲੇ ਗਏ ਨੂੰ ਤਾਂ 6 ਸਾਲ ਹੋ ਗਏ ਬਾਹਰ ਹੈ ਪੈਰ ਕਿਵੇਂ ਭਾਰੀ ਹੋ ਗਿਆ ਉਹਦਾ ਚੱਲ ਮੈਂ ਕੀ ਲੈਣਾ ਦਫ਼ਾ ਹੋ ਗਏ ਖੜ ਕੇ ਮਾਮੀ ਜੀ ਉਹ ਪੂਰੇ ਮਾਮੇ ਦੇ ਭਾਬੀ ਹੈ ਨਾ ਹਾਂ ਹਾਂ ਪੂਰੇ ਦੀ ਭਾਬੀ ਆ ਉਹ ਜਾ ਤੂੰ ਵਗ ਜਾ ਹੁਣ ਚੰਗਾ ਠੀਕ ਹੈ ਇੱਧਰ ਨੂੰ ਨਾ ਭੱਜੀ ਕੰਮ ਕਰਵਾ ਦੇ ਸਾਰਾ ਉਹਦੇ ਨਾਲ ਛੱਡ ਦੇ ਛੱਡ ਦੇ ਤੂੰ ਆ ਕੇ ਕਰ ਲਈ ਕੱਪੜੇ ਤੇ ਜਾ ਵਗ ਜਾ ਜਾ ਮੈਨੂੰ ਤਾਂ ਹੀ ਸੀ ਮਾਮੀ ਕਹੂਗੀ ਵੀ ਮੈਂ ਕਰ ਦੂੰਗੀ ਕੱਪੜੇ ਤੇ ਆਰਾਮ ਨਾਲ ਕਹਿਤਾ ਆ ਕੇ ਕਰ ਲਈ ਚੱਲ ਮਨਾ ਕਿਉਂ ਪੂਰਾ ਦਾਰੂ ਬਈ ਦਾਰੂ ਹੈ ਕਿਵੇਂ ਘੈਂਟ ਦਾਰੂ ਦਾ ਫੁੱਲ ਘੈਂਟ ਆ ਓਏ ਮੈਂ ਬਈ ਪੂਰੇ ਸ਼ੌਂਕ ਨਾਲ ਕਰੀ ਹੈ ਹੈ ਬਹੁਤ ਸਮਾਨ ਪਾਇਆ ਉਹ ਕਹਿੰਦੇ ਨਹੀਂ ਹੁੰਦੇ ਬਸਰ ਓਏ ਜਿਸ ਕਾ ਕਾਮ ਉਸੀ ਕੋ ਸਾਜੇ ਹੈ ਔਰ ਲਾਗੋ ਪੂਰੇ ਵਜੇ ਹਾਂ ਤੈਨੇ ਕਰਿਆ ਔਰ ਕੀਆ ਹੀ ਕੁਝ ਤੇ ਕੀਤਾ ਕਿ ਪੂਰੇ ਆਪਾਂ ਦਾ ਕੋਈ ਵੀ ਕੰਮ ਕਰਦੇ ਆ ਸ਼ੌਂਕ ਨਾਲ ਕਰਦੇ ਆ ਬਈ ਘਰ ਦੀ ਵੇਚ ਵਿੱਚੀ ਜਾਂਦੇ ਆ ਖੜ ਖੜ ਕੇ ਬੱਚੀ ਚੱਪਲਾਂ ਪਾਈ ਜਾਂਦੇ ਆ ਬੱਚੀ ਰੇ ਪਾ ਦਿੰਦੇ ਉਹਦਾ ਕੀ ਪੀਣਾ ਓਏ ਤੂੰ ਨਾ ਇਹ ਪੀਵੇ ਬੰਦਾ ਆਪਾਂ ਤਾਂ ਸਾਰੇ ਕੰਮ ਸ਼ੌਂਕ ਨਾਲ ਕੀਤੇ ਆ ਯਾਰਾ ਹੁਣ ਤੂੰ ਆ ਦੱਸ ਘੈਂਟ ਲੱਗਿਆ ਇਹਨਾਂ ਨੂੰ ਸਾਰਾ ਕੁਛ ਦਾਰੂ ਫੁੱਲ ਘੈਂਟਾ ਤੇਰੀ ਓਏ ਯਾਰੀ ਆ ਪੰਦਰਾਂ ਆਪਣੀ ਕੋਈ ਛੋਲਿਆਂ ਦਾ ਵੱਢ ਨਹੀਂ ਇਹ ਯਾਰੀ ਹੈ ਸੋ ਆ ਮੈਨੂੰ ਦਿਲੋਂ ਜੇ ਦਿਲੋਂ ਯਾਰ ਮੰਨਦਾ ਪੰਦਰਾਂ ਯਾਰ ਸੋ ਆ ਸੋ ਉਹ ਤੇਰੀ ਸੋ ਬਗਤੌਰਿਆ ਜਨਾ ਤੈਨੂੰ ਮੈਂ ਆਪਦਾ ਯਾਰ ਮੰਨਦਾ ਉਹ ਕਿਸੇ ਨੂੰ ਨਹੀਂ ਚਲੋ ਮੈਂ ਮੇਰੀ ਗੱਲ ਜੇ ਯਾਰ ਮੰਨ ਹੀ ਲਿਆ ਕਹਿੰਦੇ ਯਾਰ ਭਰਾਵਾਂ ਨੂੰ ਵੱਧ ਕੇ ਹੁੰਦੇ ਆ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਦਿਲ ਦੀ ਓਏ ਦੋ ਦੱਸ ਬਗਦਾਰਾ ਇੱਕ ਕੀ ਦੱਸਣਾ ਦਿਲ ਦੀ ਗੱਲ ਕਹਿੰਦੇ ਹਰੇਕ ਕੋਲੇ ਬੰਦਾ ਕਰ ਨਹੀਂ ਸਕਦਾ ਉੱਥੇ ਹੀ ਕਰਦਾ ਜਿੱਥੇ ਦਿਲ ਦੀ ਸਾਂਝ ਹੁੰਦੀ ਹੈ ਹੈ ਉਹ ਮੇਰੀ ਭਾਣਜੀ ਨੀ ਜਸ ਜਾਣਦੇ ਹੈਗੇ ਉਹਨੂੰ 5 ਕਿੱਲੇ ਹੁੰਦੀ ਹੈ ਝੋਟੇ ਦੇ ਸਿਰ ਵਰਗੀ ਪਤਾ ਹੀ ਹੈ ਉਹ ਕਿਤੇ ਸਰਪੰਚ ਕੋਲੇ ਜਾਂਦੇ ਆ ਜ਼ਮੀਨ ਲਵਾਉਣ ਕਦੇ ਕਿਸੇ ਕੋਲੇ ਜਾਂਦੇ ਆ ਕਿਸੇ ਕੋਲੇ ਜਾਂਦੇ ਆ ਉਹ ਵੀ ਪੂਰਾ ਗੱਲ ਪਤਾ ਕੀ ਹੈ ਮੈਂ ਤੇ ਮੇਰੀ ਘਰ ਵਾਲੀ ਨਾ
ਮੇਰੀ ਭੈਣ ਜੀ ਦੀ ਜ਼ਮੀਨ ਹੜੱਪਣ ਨੂੰ ਬਣਦੇ ਆ। ਤੇਰੀ ਉਹ ਭੈਣ ਦਾ ਬਖਤੋਰਿਆ ਪਕੌੜਾ, ਤੂੰ ਪਤਾ ਤੇਰਾ ਆਪਦੀ ਭੈਣ ਜੀ ਦੀ ਜ਼ਮੀਨ ਹੜੱਪਣ ਨੂੰ ਫਿਰਦਾ ਹੋਏ, ਭੈਣ ਦਾ ਪਕੌੜਾ। ਉਹ ਬੁਰਿਆ ਗੱਲ ਪਤਾ ਪਈ ਕੀ ਹੈ, ਉਹ ਤਾਂ ਜ਼ਮੀਨ ਹੈ ਸਿਰੇ ਝੋਟੇ ਦੇ ਸਿਰ ਵਰਗੀ ਸਿਰਾ ਜ਼ਮੀਨ ਹੈ, ਹੈ ਨਾਲੇ ਆਉਣ ਵਾਲੇ ਸਮੇਂ 'ਚ ਉੱਥੋਂ ਦੀ ਵੱਡੀ ਸੜਕ ਲੰਘਣੀ ਹੈ। ਮੇਰੀ ਗੱਲ ਸੁਣ ਬਖਤੋਰਿਆ ਓਏ, ਜ਼ਮੀਨ ਤਾਂ ਜ਼ਮੀਨ ਆ, ਉਹ ਕੰਜਰਾ ਉਹ ਖੂਨ ਵੀ ਤਾਂ ਸੋਡੀ ਆ, ਐਡਾ ਦਗਾ ਕਮਾਉਂਦੇ ਚੰਗੇ ਲੱਗੋਗੇ। ਖੂਨ ਤਾਂ ਬੁਰੇ ਆਪਦਾ ਮੈਨੂੰ ਪਤਾ, ਉਹ ਕੀ ਪਤਾ ਮੇਰਾ ਸਾਰਾ ਅੱਗੋਂ ਮਕਾਨਾ ਗਿਆ ਜਾਂ ਮਿਲੂ, ਤੇ ਸਾਰੀ ਜ਼ਮੀਨ ਵੀ ਹੜੱਪ ਗਿਆ, ਕੁੜੀ ਵੀ ਖੜਤੀ, ਉਹ ਫਿਰ ਕੀ ਕਰਾਂਗੇ? ਉਹ ਸਾਡੀ ਜ਼ਮੀਨ ਸਾਡੇ ਕੋਲ ਤਾਂ ਰਹਿ ਜੂਗੀ, ਗੱਲ ਧਿਆਨ ਨਾਲ ਸੁਣੀ ਦਿੰਦੀ, ਤੂੰ ਤਾਂ ਗੱਲ ਹੀ ਨਹੀਂ ਸੁਣਦਾ ਯਾਰ। ਨਾ ਪੁੱਤਰ ਓਏ, ਤੂੰ ਤਾਂ ਕੰਜਰਾ ਲੰਬੀਆਂ ਸੋਚਣ ਲੱਗ ਗਿਆ, ਜਿੱਥੇ ਤੂੰ ਕਹਿੰਦਾ ਬੰਦਾ ਮਾੜਾ ਮਿਲ ਸਕਦਾ, ਤੂੰ ਐਂ ਵੀ ਸੋਚ ਚੰਗਾ ਵੀ ਮਿਲ ਸਕਦਾ, ਐਡਾ ਬਚੇਰੀ ਨਿਕੜਾ ਮਾਂ ਮਾਰ ਦੇ ਪੂਰਿਆ। ਵੇਖਦਾ ਯਾਰੀ ਦਾ ਵਾਸਤਾ ਪਾਇਆ, ਤੈਨੂੰ ਮੇਰੇ ਸਿਰ ਦੀ ਸਹੁੰ ਲੱਗੇ, ਤੂੰ ਮੇਰੇ ਮਰੇ ਦੇ ਮੂੰਹ ਦੇਖੇ ਜੇ ਕਿਸੇ ਕੋਲੇ ਗੱਲ ਕਰੇ। ਮੈਨੂੰ ਕਿਆ ਖਿੱਚੀ ਜਾਂਦੇ ਹੋ, ਪੀ ਤਾਂ ਤੁਸੀਂ ਰੱਖੀ ਹੈ, ਤੇ ਹੋਰ ਕਿਹਨੂੰ ਖਿੱਚੂਗਾ, ਤੈਨੂੰ ਖਿੱਚੂ, ਗੱਲ ਸੁਣਾ ਮੇਰੀ। ਇੱਕ ਤਾਂ ਨਾ ਹੌਲੀ ਬੋਲ, ਆ ਘਰ ਵਸਦੇ ਨੇ ਹੈ, ਆਣ ਗਵਾਂਢ ਸੁਣ ਤਾਂ ਲੈ, ਤੂੰ ਐ ਪੀ ਕੇ ਕੀ ਤੂੰ ਆਇਆਗਾ। ਉਹ ਦੂਏ ਗੱਲ ਤੂੰ ਕੀ ਲੈਣਾ, ਮੈਂ ਕਹਿੰਦਾ ਚੰਦ ਚੱਲ ਚੱਲ ਆ ਜਾ, ਇੱਥੇ ਤੂੰ ਜਲੂਸ ਹੀ ਕੱਢੇਗਾ ਬਾਹਰ। ਇਹ ਕੀ ਕਹਿਣਾ, ਦੱਸ ਦੱਸ ਕੀ ਕਹਿਣਾ, ਭੌਂਕ। ਉਹ ਕਹਿਣਾ ਕੀ ਹੈ, ਉਹ ਭੁਰਨੂ ਵਿਆਹੀ ਜ਼ਰੂਰ ਜ਼ਰੂਰ ਪੀ ਕੇ ਮੈਂ ਤਾਂ ਸਾਰਾ ਕੁਛ ਵਕਤ ਹੈ ਵੀ ਅਸੀਂ ਤਾਂ ਜ਼ਮੀਨ ਲਵਾਉਣੀ ਹੈ ਬਈ ਕੁੜੀ ਤੋਂ ਨਾ, ਹੁਣ ਮੈਂ ਦੱਸ ਮੇਰਾ ਕਸੂਰ ਕੀ ਹੈ। ਹਾਏ ਮੈਂ ਮਰ ਜਾ, ਹਾਏ ਮੈਂ ਮਰ ਜਾ, ਕਰਤਾ ਉਹੀ ਕੰਮ ਜਿਹਦਾ ਡਰ ਸੀ, ਤੈਨੂੰ ਪਤਾ ਨੀ ਲੱਗਦਾ ਹੈ। ਨਾਲੇ ਦੇਖ ਲਾ, ਆ ਸਰਪੰਚ ਨੇ ਜਮਾ ਨੀ ਆਪਣਾ ਪੱਖ ਕਰਨਾ, ਮੇਰੇ ਪਰਨੇ ਦਾ ਟਾਇਰ ਬਣਾ ਕੇ ਮੇਰੇ ਗਲ ਚ ਮਾਰਦਾ ਸੀ। ਜਿਹੜੇ ਬੇਇੱਜ਼ਤ ਹੋਵਾਂਗੇ ਉਹ ਵੱਖਰੇ, ਤੇਰਾ ਪੱਖ ਕਰਦਾ ਹੁਣ। ਹੁਣ ਤਾਂ ਮੇਰਾ ਕੁਛ ਲੱਗਦਾ ਤਾਂ ਕੁਛ ਕੱਖ ਵੀ ਨਹੀਂ, ਮੈਨੂੰ ਕੁਛ ਕਰਨਾ ਪਊਗਾ। ਹਾਂ ਹਾਂ ਬੇਬੇ, ਇੱਕ ਗੱਲ ਮੈਂ ਹੋਰ ਕਰਨੀ ਆ ਤੇਰੇ ਨਾਲ, ਦੇਖ ਪਰਦੇ ਜੀ ਵਾਲੀ ਗੱਲ ਹੈ, ਕੰਨ ਖੋਲ ਕੇ ਸੁਣ ਮੇਰੀ ਗੱਲ। ਇੱਕ ਨਾ ਮੁੰਡਾ ਲੱਭ ਤੂੰ ਆਪਣੀ ਰਿਸ਼ਤੇਦਾਰੀ 'ਚ ਹੋਵੇ ਭਲਾ, ਉਹ ਸੁਣਤਾ ਲੈ ਪੂਰੀ ਗੱਲ ਸੁਣਤਾ ਲੈ ਬੇਬੇ, ਮੈਂ ਤੈਨੂੰ ਐਂ ਕਹਿਣੀ ਆ, ਮੁੰਡਾ ਨਾ ਸਾਡੇ ਕਹਿਣੇ 'ਚ ਹੋਵੇ ਅਤੇ ਜ਼ਿਆਦਾ ਚੁਸਤ ਚਲਾਕ ਜਾਂ ਨਾ ਭਾਲੀ, ਨਹੀਂ ਸੁਣਤਾ ਲੈ ਗੱਲ ਮੈਂ ਇਹਦੀ ਕਰਦੀ ਹਾਂ ਕਲੈਣੀ ਦੀ, ਨਾ ਮੈਂ ਆਪਦੀ ਕੁੜੀ ਵਿਆਹ ਦੀ ਗੱਲ ਕਰੀ ਹੈ। ਓ ਹੋ ਬੇਬੇ, ਖਰਚਾ ਕੌਣ ਕਰਦਾ, ਉਹ ਤਾਂ ਲੋਕ ਲਾਜ ਰੱਖਣੀ ਹੈ, ਨਾਲੇ ਜਿਹੜਾ ਪੈਸਾ ਇਹ 'ਤੇ ਲਾਊਂਗੀ ਮੈਂ ਆਪਦੇ ਧੀ ਦੇ ਨਾਂ ਨਾ ਕਰਾਊਂਗੀ। ਹਾਂ ਹਾਂ, ਓਹੋ ਘਰ ਜਵਾਈ ਰੱਖੂੰਗੀ, ਹਾਂ ਰੱਖਣਾ ਘਰ ਜਵਾਈ ਹੈ, ਠੀਕ ਹੈ ਠੀਕ ਹੈ, ਤੂੰ ਨਾ ਐਵੇਂ ਫਿਕਰ ਕਰਿਆ ਕਰ,
चल ठीक है मैं फिर गल कर दी। बेबे भी बाली टेंशन ले जाती है। ले इनू आए नहीं पता भी मैनू तो चंग्याड़े सरदारा की धी कहते ने इक्का मर जाना। इन्हें जान दुखी कर रखी है हजे एडा तो दिन खड़ा संदेही लक्या मूत आ हुण कौन आ गया। चल मैं देखा देखा भला कौन है हुण कौन आ गया। मसे वीरे तू सस्रीकाल वीरे। सस्रीकाल होर कुड़िया ठीक ठाक है भाई। हां मैं ता ठीक है वीरे होर दस पुआ होरे ठीक है। बहुत बढ़िया सारे बहुत बढ़िया तुसी सुनाओ ठीक ठाक है। मैं ता ठीक ठाक हां वीरे तू ता मेनू भूल ही गया नाले ना कदे तू फोन कीता है। भूल क्यों गया देख मैं नाल दे गवांड पिंड आया सी मैं कहा मैं आपदी भैन नू मिल के जाना है। कलैनी का कितो ना ले लिया हूं सर। चल अंदर चल ए बारे भी दस दी आज 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 बैठो। मिलन तो आए सी भैन रब ने होर ही कुछ मिलाता लगता व्याह का टाइम आ गया तेरे। की करती है नी? मामी जी भांडे मांजदी सी। कोई ना भांडे तो फिर मांज ली मेरा भरा आया उन्हें पानी दे गया चाह मैं बनानी है जा भग जा तू तो केड़े लल्लर लाएगी चाह दे।